ਤੇ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਗੱਲ ਕਰ ਰਹੇ ਹਾਂ ਪੰਜਾਬ ਦੇ ਵਿੱਚ ਸੈਪਟੈਂਬਰ ਦੇ ਮਹੀਨੇ ਮੁੜ ਤੋਂ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਹੋਣੀਆਂ, ਪੰਚਾਇਤੀ ਚੋਣਾਂ ਹੋਣੀਆਂ, ਔਰ ਕਈ ਮਸਲੇ ਜਿਹੜੇ ਨੇ ਹਜੇ ਤੱਕ ਸੁਲਝੇ ਨਹੀਂ ਹੈ ਪੰਜਾਬ ਦੇ, ਲੇਕਿਨ ਇਹਨਾਂ ਮਸਲਿਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਸਾਰਿਆਂ ਨੂੰ ਡਿਸੋਲਵ ਕਰਤਾ। ਉਹ ਕਹਿ ਰਹੇ ਮਸਲੇ ਬਾਅਦ 'ਚ ਦੇਖਾਂਗੇ, ਪਹਿਲੇ ਚੋਣਾਂ ਕਰਾ ਲਈਏ ਸਪਟੈਂਬਰ ਦੇ ਵਿੱਚ। ਚਲੋ ਚੋਣਾਂ ਕਰਵਾਉਣਾ ਤਾਂ ਚਾਹੁੰਦੇ ਹੋ, ਲੇਕਿਨ ਮਕਸਦ ਕੀ ਹੈ, ਕੀ ਆਈਡੀਓਲੋਜੀ ਹੈ, ਇਸ ਦੇ ਪਿੱਛੇ ਜਾਣਨ ਦੀ ਕੋਸ਼ਿਸ਼ ਕਰ ਲੈਂਦੇ ਹਾਂ। ਮੇਰੇ ਨਾਲ ਮੌਜੂਦ ਨੇ ਫੋਨ ਲਾਈਨ 'ਤੇ ਮਿਸਟਰ ਸ਼ਰਮਾ, 25 ਸਾਲਾਂ ਤੋਂ ਪੰਜਾਬ ਦੀ ਰਾਜਨੀਤੀ ਨੂੰ ਬੇਹੱਦ ਅੱਛੇ ਤਰੀਕੇ ਨਾਲ ਜਾਣਦੇ ਹਨ, ਜਾਣਨ ਦੀ ਕੋਸ਼ਿਸ਼ ਕਰਦੇ ਹਨ ਕਿ ਇਸ ਮੁਤਲਕ ਉਹ ਕੀ ਕੁਝ ਸਾਨੂੰ ਦੱਸਣਾ ਚਾਹੁੰਦੇ ਹਨ। ਮਿਸਟਰ ਸ਼ਰਮਾ, ਆਈ ਵੁੱਡ ਲਾਈਕ ਟੂ ਹੈਵ ਯੂਅਰ ਓਪਨਿੰਗ ਕਮੈਂਟਸ ਔਨ ਦਿਸ ਇਸ਼ੂ ਟੂਡੇ। ਹਕੀਰਤ, ਇਹ ਜਿਹੜੇ ਪੰਚਾਇਤ ਚੋਣਾਂ ਦੀ ਐਲਾਨ ਕੀਤਾ ਗਿਆ, ਇਹਦੀ ਕਾਫੀ ਦਿਨ ਤੋਂ ਵੇਟ ਹੋ ਰਹੀ ਸੀ। ਐਕਚੁਅਲੀ ਜਦੋਂ ਪਿਛਲੇ ਸਾਲ ਦਸੰਬਰ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਕਰਾਈਆਂ ਗਈਆਂ ਸੀਗੀਆਂ, ਅਗਰ ਤੁਹਾਨੂੰ ਯਾਦ ਹੋਏ ਕਿ ਦਸੰਬਰ ਦੇ ਵਿੱਚ ਅੰਮ੍ਰਿਤਸਰ, ਜਲੰਧਰ ਔਰ ਪਟਿਆਲਾ ਦੇ ਵਿੱਚ ਚੋਣਾਂ ਕਰਾਈਆਂ ਗਈਆਂ ਸੀ, ਜਿਹਦੇ ਵਿੱਚ ਕਾਂਗਰਸ ਨੂੰ ਕਲੀਨ ਸਵੀਪ ਮਿਲਿਆ ਸੀ, ਕਲੀਨ ਪੂਰੀ ਮੈਜੋਰਿਟੀ ਦੇ ਨਾਲ ਕਾਂਗਰਸ ਨੇ, ਜਿਹੜਾ ਪੰਜਾਬ ਕਾਂਗਰਸ ਨੇ ਉਹਦੇ ਸੰਭਾਲੇ ਸੀਗੇ ਮਿਊਨਿਸਪਲ ਕਾਉਂਸਲ ਤੋਂ, ਮਿਊਨਿਸਪਲ ਕਾਰਪੋਰੇਸ਼ਨਾਂ ਦੇ, ਜਲੰਧਰ ਦੇ, ਅੰਮ੍ਰਿਤਸਰ ਦੇ ਔਰ ਪਟਿਆਲਾ ਦੇ। ਔਰ ਉਸ ਤੋਂ ਬਾਅਦ ਲੁਧਿਆਣਾ ਦੇ ਵਿੱਚ, ਕਿਉਂਕਿ ਹਲੇ ਵੋਟਰ ਲਿਸਟ ਕੰਪਲੀਟ ਨਹੀਂ ਸੀ, ਇਸ ਵਾਸਤੇ ਉਹਦੇ 2 ਮਹੀਨੇ ਬਾਅਦ ਕਰਵਾਏ ਗਏ। ਲੁਧਿਆਣਾ ਦੇ ਵਿੱਚ ਵੀ ਫਿਰ ਕਲੀਨ ਸਵੀਪ ਹੋਇਆ, ਕਾਂਗਰਸ ਨੇ ਜਿੱਤਿਆ, ਤੇ ਉਦੋਂ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਵੀ ਕਾਂਗਰਸ ਹੁਣ ਦੇ ਮਾਈਟ ਅਟੈਂਪਟ ਕਿ ਹੁਣ ਗ੍ਰਾਮ ਪੰਚਾਇਤ ਜਿਹੜੇ ਹੈਗੀਆਂ ਨੇ ਉਹਨਾਂ ਤੇ ਵੀ, ਉਹਨਾਂ ਦੇ ਵੀ ਇਲੈਕਸ਼ਨ ਕਰਾਏ ਜਾਣ, ਕਿਉਂਕਿ ਜਿਹੜੀ ਰੂਲਿੰਗ ਪਾਰਟੀ ਹੁੰਦੀ ਹੈ ਦੇ ਆਲਵੇਜ਼ ਵਾਂਟ ਕਿ ਦੇਅਰ ਇੰਟਾਇਰ ਹੋਲਡ, ਉਹ ਫਿਰ ਜਿਹੜਾ ਲੋਐਸਟ ਲੈਵਲ ਹੈ ਆਪਣਾ ਬਿਊਰੋਕਰੇਸੀ ਦਾ, ਜਾਂ ਕਹਿ ਦਓ ਜਿਹੜੇ ਗਵਰਨੈਂਸ ਦਾ ਆਫ ਦਾ ਗਵਰਨਮੈਂਟ, ਉਹ ਹੁੰਦਾ ਆਪਣੇ ਗ੍ਰਾਮ ਪਿੰਡਾਂ ਦੇ ਵਿੱਚ, ਪੰਜਾਬ ਦੇ ਵਿੱਚ, ਕਿਉਂਕਿ ਪੰਜਾਬ ਦੀ ਜ਼ਿਆਦਾਤਰ ਪਾਪੂਲੇਸ਼ਨ, ਜਿਹੜਾ ਪੂਰਾ ਪੋਲੀਟੀਕਲ ਡਰਾਈਵ ਹੈ, ਪੂਰੀ ਪੋਲੀਟੀਕਲ ਐਫੀਲੀਏਸ਼ਨ ਹੈ, ਉਹ ਸਾਰੀ ਪਿੰਡਾਂ 'ਚੋਂ ਨਿਕਲਦੀ ਹੈ। ਤੇ ਪਿੰਡਾਂ ਦੇ ਵਿੱਚ ਜਿਹੜੀ ਗਵਰਨੈਂਸ ਹੋ ਰਹੀ ਹੈ, ਜਿਹੜੇ ਉਹਨਾਂ ਦੇ ਉੱਤੇ ਵੀ ਕੰਟਰੋਲ ਸਰਕਾਰ ਦਾ ਹੋਣਾ ਚਾਹੀਦਾ, ਕਿਉਂਕਿ ਹੁਣ ਤੱਕ ਉਹ ਪਿਛਲੀ ਸਰਕਾਰਾਂ ਦੇ ਉਹਨਾਂ ਦੇ ਕੰਟਰੋਲ ਸੀਗੇ। ਇਸ ਕਰਕੇ ਜਿਹੜਾ ਹੁਣ ਜੂਨ ਜੁਲਾਈ ਦੇ ਵਿੱਚ ਪੂਰੀ ਪੂਰੀ ਉਮੀਦ ਸੀ ਕਿ ਇਲੈਕਸ਼ਨ ਕਰਾਏ ਜਾਣਗੇ, ਉਹ ਕਿਸੇ ਨਾ ਕਿਸੇ ਕਾਰਨ ਦੇ ਤਰਫ ਤੋਂ ਮੁਲਤਵੀ ਹੁੰਦੇ ਗਏ, ਪੋਸਟਪੋਨ ਹੁੰਦੇ ਗਏ, ਤੇ ਹੁਣ ਜਿਹੜੀ ਲੇਟੈਸਟ ਆ ਰਿਹਾ ਕਿ ਹੁਣ ਸਰਕਾਰ ਨੇ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ ਕਿ ਪੰਚਾਇਤਾਂ ਜਿਹੜੀਆਂ, ਇਹਦਾ ਇੱਕ ਪ੍ਰੋਸੀਜਰ ਹੁੰਦਾ ਕਿ ਪਹਿਲਾ ਸਟੈਪ ਹੁੰਦਾ ਕਿ ਯੂ ਹੈਵ ਟੂ ਡਿਸੋਲਵ ਆਲ ਦੀ ਗ੍ਰਾਮ ਪੰਚਾਇਤ, ਜ਼ਿਲ੍ਹਾ ਪਰਿਸ਼ਦ ਐਂਡ ਬਲਾਕ ਸਮਿਤੀ, ਤੇ ਉਹ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਅੱਜ 22 ਜ਼ਿਲ੍ਹਾ ਪਰਿਸ਼ਦ, 150 ਬਲਾਕ ਸਮਿਤੀਆਂ ਔਰ ਜਿਹੜੀਆਂ 1300 ਗ੍ਰਾਮ ਪੰਚਾਇਤਾਂ ਨੇ ਉਹਨਾਂ ਨੂੰ ਡਿਸੋਲਵ ਕਰ ਦਿੱਤਾ। ਨਾਓ ਦਿਸ ਇਜ਼ ਅ ਵਨ ਫਾਰਮਲ ਸਟੈਪ that government has announced the panchayat elections in Punjab, and this might, they might hold in September. ਜਿਹਦੀ ਤਰੀਕ ਦਾ ਐਲਾਨ ਕਰਨ ਪਰਸੋਂ ਚ ਕਿਸੇ ਵੀ ਦਿਨ ਚ ਕੀਤਾ ਜਾ ਸਕਦਾ ਹੈ। ਬਟ ਮਿਸਟਰ ਸ਼ਰਮਾ, ਆਈ ਵੁੱਡ ਲਾਈਕ ਟੂ ਨੋ ਕਿ ਜੇਕਰ ਅਸੀਂ ਇਲੈਕਸ਼ਨ ਕਰਵਾਉਣੇ ਹੈਗੇ ਹੈ ਔਰ ਤੁਸੀਂ ਕਹਿ ਰਹੇ ਹੋ ਕਿ ਹੋਲਡ ਚਾਹੀਦਾ ਸਰਕਾਰ ਨੂੰ, ਤਾਂ ਮੈਨੂੰ ਲੱਗਦਾ ਪਿਛਲੇ 2 ਸਾਲਾਂ ਦੇ ਵਿੱਚ ਮੈਂ ਸਿਰਫ ਜੋ ਦੇਖ ਰਿਹਾ ਪੰਜਾਬ ਦੇ ਵਿੱਚ, ਇਲੈਕਸ਼ਨਸ ਤੋਂ ਇਲਾਵਾ ਕੋਈ ਗੱਲ ਹੋਈ ਨਹੀਂ ਰਹੀ। ਜੇਕਰ ਤੁਹਾਨੂੰ ਯਾਦ ਹੋਏ ਮਿਊਂਸੀਪਲ ਦੇ ਇਲੈਕਸ਼ਨ ਹੋਏ, ਪਹਿਲਾਂ ਕਈ ਜ਼ਿਮਨੀ ਚੋਣਾਂ ਵੀ ਹੋਈਆਂ, ਉਸ ਤੋਂ ਇਲਾਵਾ ਮਿਊਂਸੀਪਲ ਕਾਰਪੋਰੇਸ਼ਨ ਦੇ ਇਲੈਕਸ਼ਨ ਕਰਵਾਏ ਗਏ, ਕਿਉਂਕਿ ਚਲੋ ਲਾਜ਼ਮੀ ਬਣਦੇ ਨੇ ਕਿਉਂਕਿ ਉਹ ਕਰਾਉਣੇ ਬਹੁਤ ਹੀ ਲਾਜ਼ਮੀ ਸੀਗੇ। ਤੁਹਾਨੂੰ ਲੱਗਦਾ ਕਿ ਆਹ ਚੋਣਾਂ ਸਪਟੈਂਬਰ ਦੇ ਵਿੱਚ ਕਰਾਉਣੀਆਂ ਲਾਜ਼ਮੀ, ਕਿਉਂਕਿ ਉਸ ਤੋਂ ਬਾਅਦ ਫਿਰ ਇੱਕ ਚੋਣਾਂ ਹੋਰ ਵੀ ਆਉਣ ਵਾਲੀਆਂ ਲੋਕ ਸਭਾ ਦੀ, ਤੁਹਾਨੂੰ ਲੱਗ ਰਿਹਾ ਕਿ ਕਿੱਥੇ ਗੱਲ ਹੋ ਰਹੀ ਹੈ ਵਿਕਾਸ ਦੀ, ਡਿਵਲਪਮੈਂਟ ਦੀ, ਕਿੱਥੇ ਗੱਲ ਸਾਨੂੰ ਸੁਣਨ ਨੂੰ ਮਿਲ ਰਹੀ ਕਿ ਅੱਜ ਪੰਜਾਬ ਦੇ ਵਿੱਚ ਇੱਕ ਨਵੀਂ ਔਰਗਨਾਈਜੇਸ਼ਨ ਜਾਂ ਫਿਰ ਇੱਕ ਨਵਾਂ ਡਿਪਾਰਟਮੈਂਟ ਖੋਲ੍ਹਿਆ ਗਿਆ ਕਿ ਹੁਣ ਜੋ ਵੈਲਫੇਅਰ ਲਈ ਕੰਮ ਕਰੇਗਾ, ਜਾਂ ਫਿਰ ਕਿਸਾਨ ਖੁਸ਼ ਨੇ, ਜਾਂ ਫਿਰ ਜਿਹੜੇ ਹੋਰ ਮੁੱਦੇ ਨੇ ਉਹਨਾਂ ਬਾਰੇ ਗੱਲ ਹੋ ਰਹੀ ਹੈ, ਉਹਨਾਂ ਨੂੰ ਰਿਜ਼ੋਲਵ ਕਰਨ ਦੀ ਗੱਲ ਹੋ ਰਹੀ ਹੈ। ਚੋਣਾਂ ਇਹ ਚੋਣਾਂ ਦਾ ਖਾਮਿਆਜ਼ਾ ਚਲੋ ਮੈਨੂੰ ਲੱਗਦਾ ਕਿ ਇੱਕ ਉੱਥੇ ਵਸਦੇ ਵਸਨੀਕਾਂ ਨੂੰ ਭੁਗਤਣਾ ਪੈਂਦਾ, ਲੇਕਿਨ ਇਹਨਾਂ ਚੋਣਾਂ ਦਾ ਖਾਮਿਆਜ਼ਾ ਉਹਨਾਂ ਵੋਟਰਾਂ ਨੂੰ ਵੀ ਭੁਗਤਣਾ ਪੈਂਦਾ ਜੋ ਕਿ ਵੋਟ ਦਿੰਦੇ ਹਨ। ਗੱਲ ਤੁਹਾਡੀ ਬਿਲਕੁਲ 100% ਸੱਚ ਹੈ। ਠੀਕ ਹੈ ਕਿ ਪੰਜਾਬ ਦੇ ਵਿੱਚ ਹੁਣ ਇਲੈਕਸ਼ਨਾਂ ਦਾ ਜ਼ੋਰ ਹੈ, ਜਿਹੜੇ ਹੁਣ ਡਰੱਗਸ ਦੀ ਪ੍ਰੋਬਲਮ ਹੈ, ਔਰ ਪੰਜਾਬ ਦੇ ਜਿਹੜੇ ਹੋਰ ਬਲ ਦੇ ਇਸ਼ੂ ਨੇ, ਕਿਸਾਨਾਂ ਦੀ ਪ੍ਰੋਬਲਮ ਹੈ, ਕਰਜ਼ੇ ਹੇਠ ਕਿਸਾਨ ਸੁਸਾਈਡ ਕਰ ਰਹੇ ਨੇ, ਉਹ ਚੀਜ਼ਾਂ ਹੈਗੀਆਂ। ਬਟ ਗਵਰਨਮੈਂਟ ਹੁਣ ਕਹੇਗੀ ਕਿ ਗਵਰਨੈਂਸ ਵਾਸਤੇ ਸਾਨੂੰ ਇੱਕ ਹੋਲਡ ਚਾਹੀਦਾ, ਵੀ ਵਾਂਟ ਟੂ ਗਵਰਨ ਦੀ ਵਿਲੇਜ ਲੈਵਲ ਐਟ ਔਨ ਅ ਬੈਟਰ ਪਰਸਪੈਕਟਿਵ, ਸੋ ਦੈਨ ਵੀ ਮਸਟ ਹੈਵ ਹੋਲਡ ਔਨ ਬਲਾਕ ਸਮਿਤੀਜ਼ ਐਂਡ ਗ੍ਰਾਮ ਪੰਚਾਇਤ ਐਂਡ ਜ਼ਿਲ੍ਹਾ ਪਰਿਸ਼ਦ। I agree on this. They need a governance to run any local bodies, and I think the panchayat and the other bodies are the local bodies of Punjab, and they can run easily if they have the governance in their hand. I can understand in this. My question is, main sawal sirf eh puchda ki September mahine de vich load hai haje filhal, us to bina inna da kam nahi chal reha।
ਨਹੀਂ ਉਹਦੇ ਵਿੱਚ ਇਹ ਚੀਜ਼ ਹੈ ਨਾ, ਦੇਖੋ ਜਿਸ ਤਰ੍ਹਾਂ ਹੁਣ ਤੁਸੀਂ ਦਿੱਲੀ ਦੇ ਵਿੱਚ ਦੇਖਦੇ ਹੋ, ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਦੀ ਸਰਕਾਰ ਹੈ, ਪਰ ਮਿਊਨਿਸਪਲ ਕਾਉਂਸਲ ਦੇ ਵਿੱਚ ਜਿਹੜਾ ਕਾਰਪੋਰੇਸ਼ਨ ਹੈ ਜਿਹੜੀਆਂ ਹੈਗੀਆਂ ਨੇ ਉਹਨਾਂ ਤੇ ਬੀਜੇਪੀ ਦਾ ਹੋਲਡ ਹੈ, ਉਹ ਕੋਆਰਡੀਨੇਸ਼ਨ ਨਹੀਂ ਬਣਦਾ ਤੇ ਹੁਣ ਉਹੀ ਕੋਆਰਡੀਨੇਸ਼ਨ ਇਜ਼ ਮਿਸਿੰਗ ਇਨ ਪੰਜਾਬ ਆਲਸੋ, ਦ ਰੂਲਿੰਗ ਪਾਰਟੀ ਇਜ਼ ਕਾਂਗਰਸ, ਦ ਮਿਊਨਿਸਪਲ ਕਾਰਪੋਰੇਸ਼ਨਸ ਆਰ ਬੀਇੰਗ ਮੈਨੇਜਡ ਬਾਈ ਦ ਕਾਂਗਰਸ, ਬਟ ਐਟ ਦੀ ਵਿਲੇਜ ਲੈਵਲ ਆਲ ਦੀ ਗ੍ਰਾਮ ਪੰਚਾਇਤ, ਬਲਾਕ ਸਮਿਤੀਸ ਐਂਡ ਜ਼ਿਲ੍ਹਾ ਪਰਿਸ਼ਦ ਦੇ ਆਰ ਬੀਇੰਗ ਮੈਨੇਜਡ ਬਾਈ ਦੀ ਐਫੀਲੀਏਸ਼ਨ ਆਫ ਸਮ ਅਦਰ ਪਾਰਟੀ, ਸਮਝ ਰਹੇ ਹੋ? ਤੇ ਉਹ ਸਰਕਾਰਾਂ ਹੁਣ ਇਹ ਸਰਕਾਰ ਤੇ ਚਾਹੀਦੀ ਨਾ ਕਿ ਸਾਨੂੰ ਅਸੀਂ ਸਟੇਟ ਫਤਿਹ ਕਰ ਲਈ, ਅਸੀਂ ਮਿਊਨਿਸਪਲ ਕਾਉਂਸਲ ਕਾਰਪੋਰੇਸ਼ਨਾਂ ਫਤਿਹ ਕਰਨੀਆਂ, ਨਾਓ ਲੈਟਸ ਗੋ ਗੈਟ ਇਨਟੂ ਦ ਰੂਟ ਗ੍ਰਾਸ ਰੂਟ ਲੈਵਲ, ਲੈਟਸ ਗੈਟ ਇਨਟੂ ਦ ਵਿਲੇਜਸ ਆਲਸੋ। ਤੁਹਾਨੂੰ ਲੱਗ ਰਿਹਾ, ਤੁਹਾਨੂੰ ਲੱਗ ਰਿਹਾ ਔਨ ਪੰਚਾਇਤ, ਤੁਹਾਨੂੰ ਲੱਗ ਰਿਹਾ, ਤੁਹਾਨੂੰ ਲੱਗ ਰਿਹਾ ਕਿ ਉਹਨਾਂ ਨੇ ਪਹਿਲਾਂ ਤਾਂ ਕੌਨਸਟੀਟੂਐਂਸੀ ਯਾਨੀ ਕਿ ਹਲਕੇ ਫਤਿਹ ਕੀਤੇ, ਫਿਰ ਉਹਨਾਂ ਨੇ ਮਿਊਨਸੀਪਲ ਕਾਰਪੋਰੇਸ਼ਨ ਦੇ ਜਿਹੜੇ ਵੱਖ ਵੱਖ ਵਾਰਡਸ ਨੇ ਉਹ ਫਤਿਹ ਕੀਤੇ, ਹੁਣ ਗ੍ਰਾਮ ਪੰਚਾਇਤ, ਜ਼ਿਲ੍ਹਾ ਪਰਿਸ਼ਦ ਔਰ ਜਿਹੜੀ ਬਲਾਕ ਸਮਿਤੀ ਹੈ ਉਹਨੂੰ ਫਤਿਹ ਕਰਨ ਦੀ ਹੋੜ ਦੇ ਵਿੱਚ ਹੈ। ਕੀ ਤੁਹਾਨੂੰ ਲੱਗਦਾ ਸਾਰਾ ਕੁਝ ਫਤਿਹ ਹੋਣ ਤੋਂ ਬਾਅਦ ਜੋ ਹਾਲਾਤ ਇਸ ਟਾਈਮ ਪੰਜਾਬ ਦੇ ਨੇ ਉਹ ਕਾਂਗਰਸ ਸਰਕਾਰ ਉਹਨੂੰ ਸੁਲਝਾ ਸਕਦੀ ਹੈ, ਉਹਨਾਂ ਮੁੱਦਿਆਂ ਦੇ ਉੱਤੇ ਗੱਲ ਕਰ ਸਕਦੀ ਹੈ ਔਰ ਵਸਨੀਕਾਂ ਨੂੰ ਇੱਕ ਖੁਸ਼ਹਾਲ ਜ਼ਿੰਦਗੀ ਦੇ ਸਕਦੀ ਹੈ? ਤੁਹਾਨੂੰ ਲੱਗਦਾ? ਦੇਖੋ ਹਾਂ, ਮੈਂ ਇੱਕ ਚੀਜ਼ ਕਰਕੇ ਤੇ ਦੱਸਣਾ ਚਾਹਾਂਗਾ ਕਿ ਐਵਰੀ ਪੋਲੀਟੀਕਲ ਪਾਰਟੀ ਵਾਂਟ ਟੂ ਐਕਸਪਲੋਇਟ ਦੀ ਪ੍ਰੈਜ਼ੈਂਟ ਐਟਮੋਸਫੇਅਰ। ਇਸ ਸਮੇਂ ਲੋਕਾਂ ਦਾ ਮੂਡ ਕੀ ਹੈ, ਲੋਕਾਂ ਦਾ ਮੂਡ ਸਵਿੰਗ ਕੀ ਹੈ, ਅਗਰ ਉਹਨਾਂ ਨੇ ਸਰਕਾਰ ਚੇਂਜ ਕੀਤੀ ਵੀ ਉਹਨਾਂ ਨੂੰ ਸਰਕਾਰ ਦਿੱਤੀ, ਉਹਨਾਂ ਨੇ ਅਗਰ ਨਗਰ ਪੰਚਾਇਤਾਂ ਦੀ ਸਾਰੀ ਮਿਊਨਿਸਪਲ ਕਾਰਪੋਰੇਸ਼ਨਾਂ ਦੀ ਚਾਬੀ ਸਾਨੂੰ ਦੇ ਦਿੱਤੀ, ਆਪਣਾ ਪੰਜਾਬ ਕਾਂਗਰਸ ਨੂੰ ਦੇ ਦਿੱਤੀ, ਉਹ ਇਹ ਕਾਂਗਰਸ ਇਹੀ ਸੋਚੇਗੀ ਸਾਨੂੰ ਮਿਲ ਗਈ ਚਾਬੀ ਤੇ ਹੁਣ ਚਲੋ ਲੈਟਸ ਗੈਟ ਇਨ ਟੂ ਦ ਵਿਲੇਜ ਲੈਵਲ ਆਲਸੋ, ਕਿਉਂਕਿ ਪਬਲਿਕ ਦਾ ਮੂਡ ਹੈ ਔਰ ਰੂਲਿੰਗ ਪਾਰਟੀ ਹੈ, ਰੂਲਿੰਗ ਪਾਰਟੀ ਦੇ ਨਾਲ ਜ਼ਿਆਦਾਤਰ ਵੋਟਰਸ ਜਿਹੜੇ ਹੁੰਦੇ ਨੇ ਰੂਲਿੰਗ ਪਾਰਟੀ ਵੱਲ ਚਲੇ ਜਾਂਦੇ ਨੇ, ਜ਼ਿਆਦਾਤਰ ਹੁਣ ਜਿਹੜੇ ਪੰਚਾਇਤ ਜਿਹੜੇ ਸਰਪੰਚ ਹੋਣਗੇ ਜਿਹਨਾਂ ਨੂੰ ਹਰ ਮਹੀਨੇ ਹਰ ਉਹਨਾਂ ਨੂੰ ਪਿੰਡਾਂ ਦੀਆਂ ਪੈਨਸ਼ਨਾਂ ਵੀ ਚਾਹੀਦੀਆਂ, ਉਹਨਾਂ ਨੂੰ ਪਿੰਡਾਂ ਦੇ ਵਿਕਾਸ ਲਈ ਵੱਡੇ ਵੱਡੇ ਫੰਡਸ ਵੀ ਚਾਹੀਦੇ ਨੇ, ਸ਼ਗੁਨ ਸਕੀਮਾਂ ਵੀ ਚਾਹੀਦੀਆਂ ਹੈ ਜਿਹੜੇ ਹੁਣ ਇਹ ਸਾਰਾ, ਤੇ ਦੇ ਵਾਂਟ ਟੂ ਹੈਵ ਅ ਗੁੱਡ ਕੋਆਰਡੀਨੇਸ਼ਨ ਵਿਦ ਦੀ ਪ੍ਰੈਜ਼ੈਂਟ ਗਵਰਨਮੈਂਟ। ਹੁਣ ਪ੍ਰੈਜ਼ੈਂਟ ਗਵਰਨਮੈਂਟ ਦੇ ਵਿੱਚ ਨਾਓ ਦ ਪ੍ਰੈਜ਼ੈਂਟ ਗਵਰਨਮੈਂਟ ਆਲਸੋ ਵਾਂਟ ਕਿ ਵੀ ਸ਼ੁਡ ਹੈਵ ਅਵਰ ਓਨ ਪੀਪਲ ਓਵਰ ਦੇਅਰ, ਸਰਪੰਚ ਜਿਹੜੇ ਹੋਣ ਉਹ ਸਾਡੇ ਹੋਣ, ਸਰਪੰਚ ਜਿਹੜੇ ਹੋਣ ਉਹ ਸਾਡੀ ਗੱਲ ਮੰਨਦੇ ਹੋਣ, ਸਾਡੇ ਐਫੀਲੀਏਸ਼ਨ ਵਾਲੇ ਹੋਣ, ਸਾਡੇ ਕਹਿਣੇ ਮੰਨਣ ਵਾਲੇ ਹੋਣ, ਬਟ ਇੱਕ ਚੀਜ਼ ਹੈ ਕਿ ਜਿਹੜੇ ਸਾਡਾ ਕਹਿਣਾ ਮੰਨਣ ਵਾਲੇ ਹੋਣ, ਸਾਡੀਆਂ ਗੱਲਾਂ ਮੰਨਣ ਵਾਲੇ ਹੋਣ, ਜੋ ਅਸੀਂ ਕਹੀਏ ਉਸ ਗੱਲ ਦੇ ਉੱਤੇ, ਜੋ ਸਾਡੇ ਏਜੰਡਾ ਨੂੰ ਉਸ ਗੱਲ ਤੇ ਕੁਐਸਚਨ ਮਾਰਕ ਨਾ ਲਾਣ, ਜੋ ਪਾਰਟੀ ਦੇ ਏਜੰਡਾ ਨੂੰ ਲੋਕਾਂ ਤੱਕ ਪਹੁੰਚਾ ਸਕਣ, ਜਿਹੜੇ ਕੱਲ ਨੂੰ ਫਿਰ ਵਿਧਾਨ ਸਭਾ ਚੋਣਾਂ ਹੋਣਗੇ 4 ਸਾਲ ਬਾਅਦ, ਉਦੋਂ ਉਹਨੂੰ ਸਰਕਾਰ ਨੂੰ ਮਦਦ ਮਿਲ ਸਕੇ। ਔਰ ਇਹ ਹੈ ਕਿ ਜਿਹੜੇ ਹੁਣ ਤੁਸੀਂ ਗੱਲ ਜ਼ਿਕਰ ਕੀਤਾ ਕਿ 2019 ਚ ਲੋਕ ਸਭਾ ਦੇ ਚੋਣਾਂ ਹੋਣੇ ਹੈ, ਉਹਦੇ ਵਿੱਚ ਤੇ ਪਿੰਡਾਂ ਠਹਿਰਿਆਂ 'ਚ ਲੋਕਾਂ ਨੇ ਵੋਟਾਂ ਪਾਉਣੀਆਂ ਨਾ, ਉਦੋਂ ਯੂ ਹੈਵ ਟੂ ਹੈਵ ਦੇਅਰ, ਯੂ ਹੈਵ ਟੂ ਹੈਵ ਹੋਲਡ ਔਨ ਦੀ ਜ਼ਿਲ੍ਹਾ ਪਰਿਸ਼ਦ, ਯੂ ਹੈਵ ਟੂ ਹੈਵ ਹੋਲਡ ਔਨ ਗ੍ਰਾਮ ਪੰਚਾਇਤ ਆਲਸੋ, ਸੋ ਦਿਸ ਵਾਸ ਰਿਕੁਆਇਰਡ ਐਂਡ ਦਿਸ ਇਜ਼ ਮਤਲਬ ਗੈਟਿੰਗ ਇਨ ਟੂ ਦੀ ਪ੍ਰੋਸੀਜਰ, ਔਰ ਐਵੇਂ ਕਿ ਆਲਰੇਡੀ ਲੇਟ ਹੈ, ਇਟ ਵਾਸ ਐਕਸਪੈਕਟਡ, ਗ੍ਰਾਮ ਪੰਚਾਇਤਾਂ ਦੀ ਚੋਣਾਂ ਡਿਸੋਲਵ ਕਰਕੇ ਪੰਚਾਇਤ ਚੋਣਾਂ ਪੰਜਾਬ 'ਚ ਹੋਣੀਆਂ ਹੀ ਸੀਗੀਆਂ, ਐਂਡ ਦਿਸ ਇਜ਼ ਹੈਪਨਿੰਗ ਨਾਓ ਬਿਕੋਜ਼ ਗਵਰਨਮੈਂਟ ਵਾਂਟਸ ਅ ਕਲੀਅਰ ਕੱਟ ਕੰਟਰੋਲ। ਕੱਲ੍ਹ ਨੂੰ ਅਗਰ ਕੋਈ ਵੀ ਤੁਸੀਂ ਐਕਸਕਿਊਜ਼ ਹੋਏਗਾ, ਕੱਲ੍ਹ ਨੂੰ ਅਮਰਿੰਦਰ ਸਿੰਘ ਗਵਰਨਮੈਂਟ ਕੈਨ ਗਿਵ ਦਿਸ ਐਕਸਕਿਊਜ਼ ਕਿ ਸਾਡਾ ਤਾਂ ਹੋਲਡ ਹੀ ਨਹੀਂ ਸੀ ਗ੍ਰਾਮ ਪੰਚਾਇਤਾਂ ਦੇ ਵਿੱਚ, ਉੱਥੇ ਜਿਹੜੇ ਸਰਪੰਚ ਸੀਗੇ ਉਹ ਦੂਜੇ ਐਫੀਲੀਏਸ਼ਨ ਵਾਲੀਆਂ ਪਾਰਟੀਆਂ ਦੇ ਸੀਗੇ। ਕੈਨ ਯੂ ਐਕਸਪੈਕਟ ਫਰੋਮ, ਕੈਨ ਯੂ ਐਕਸਪੈਕਟ ਫਰੋਮ ਕੈਪਟਨ ਅਮਰਿੰਦਰ ਸਿੰਘ ਗਵਰਨਮੈਂਟ, ਤੁਸੀਂ ਐਕਸਪੈਕਟ ਕਰ ਸਕਦੇ ਹੋ ਉਹਨਾਂ ਤੋਂ ਕਿ ਗ੍ਰਾਮ ਪੰਚਾਇਤ, ਜ਼ਿਲ੍ਹਾ ਪਰਿਸ਼ਦ, ਬਲਾਕ ਸਮਿਤੀ ਨੂੰ ਹੋਲਡ ਕਰਨ ਦੇ ਬਾਅਦ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਨਾਂ ਦੇ ਉੱਤੇ ਗੱਲ ਹੋ ਸਕੇਗੀ? ਕਿਉਂਕਿ 10 ਸਾਲ ਤਾਂ ਅਕਾਲੀਆਂ ਨੂੰ ਦੇਖ ਕੇ ਆਪਾਂ ਅਸੀਂ ਵੇਖ ਲਿਆ, ਉਹ ਵੀ ਗ੍ਰਾਮ ਪੰਚਾਇਤ ਦੇ ਵਿੱਚ ਉਹਨਾਂ ਦਾ ਹੋਲਡ ਸੀਗਾ, ਜ਼ਿਲ੍ਹਾ ਪਰਿਸ਼ਦ ਦੇ ਵਿੱਚ ਉਹਨਾਂ ਦਾ ਹੋਲਡ ਸੀਗਾ, ਔਨ ਟੌਪ ਆਫ ਦੈਟ ਉਹਨਾਂ ਦਾ ਪੰਚਾਇਤੀ ਇਲੈਕਸ਼ਨਾਂ ਦੇ ਵਿੱਚ ਹੋਲਡ ਸੀਗਾ, ਹਲਕਿਆਂ ਦੇ ਵਿੱਚ ਉਹਨਾਂ ਦਾ ਹੋਲਡ ਸੀਗਾ, ਉਸ ਤੋਂ ਬਾਅਦ ਹਰ ਵਾਰਡ ਦੇ ਵਿੱਚ ਜੇਕਰ ਮਿਊਨਸੀਪਲ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਦੀ ਗੱਲ ਕਰਾਂ ਉਹਦੇ ਵਿੱਚ ਹੋਲਡ ਸੀਗਾ, ਅਤੇ 10 ਸਾਲ ਫਿਰ ਪਿੱਛੇ ਕਿਉਂ ਚਲਾ ਗਿਆ, 15 ਸਾਲ ਪਿੱਛੇ ਕਿਉਂ ਚਲਾ ਗਿਆ ਪੰਜਾਬ? ਕੈਪਟਨ ਅਮਰਿੰਦਰ ਸਿੰਘ ਦੇ ਕੋਲ ਕਿਹੜੀ ਜਾਦੂ ਦੀ ਛੜੀ ਆ? ਨਹੀਂ ਬੱਟ ਇਹ ਜਿਹੜੀ ਮਿਊਨਿਸਪਲ ਕਾਰਪੋਰੇਸ਼ਨਾਂ ਹੁੰਦੀਆਂ ਨੇ, ਗ੍ਰਾਮ ਪੰਚਾਇਤਾਂ ਹੁੰਦੀਆਂ ਨੇ, ਦੇ ਆਲਵੇਜ਼ ਗੋ ਵਿਦ ਦੀ ਐਫੀਲੀਏਸ਼ਨ ਵਿਦ ਦੀ ਰੂਲਿੰਗ ਗਵਰਨਮੈਂਟ, ਰੂਲਿੰਗ ਪਾਰਟੀ, ਰੂਲਿੰਗ ਪਾਰਟੀ ਹੀ ਸਾਰੇ ਚਲੋ ਆਪਣੇ ਡੰਡੇ ਦੇ ਜ਼ੋਰ ਨਾਲ ਕਹਿ ਲਓ ਜਾਂ ਲੋਕਾਂ ਦਾ ਮਨ ਬਦਲ ਜਾਂਦਾ ਉਸ ਹਿਸਾਬ ਨਾਲ ਕਰਕੇ। ਨੋਰਮਲੀ ਤੁਸੀਂ ਦੇਖਿਆ ਹੋਣਾ ਰੂਲਿੰਗ ਪਾਰਟੀ ਜਿਹੜੀ ਹੁੰਦੀ ਹੈ ਮਿਊਨਿਸਪਲ ਕਾਰਪੋਰੇਸ਼ਨਾਂ ਵੀ ਉਹਦੀ ਹੀ ਚੱਲਦੀਆਂ ਨੇ। ਇਹ ਐਕਸੈਪਸ਼ਨ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਮੈਂ ਤੁਹਾਨੂੰ ਦੱਸੀ, ਦਿੱਲੀ ਇਜ਼ ਐਨ ਐਕਸੈਪਸ਼ਨਲ ਕੇਸ, ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਬਟ ਮਿਊਨਿਸਪਲ ਕਾਰਪੋਰੇਸ਼ਨ ਬਾਈ ਹੈਂਡਲਡ ਬਾਈ ਬੀਜੇਪੀ, ਬੀਜੇਪੀ ਦਾ ਹੋਲਡ ਹੈ ਔਰ ਉਹਦਾ ਖਮਿਆਜਾ ਅੱਜ ਦਿੱਲੀ ਦੇ ਵਿੱਚ ਤੁਸੀਂ ਦੇਖ ਲਓ ਦਿੱਲੀ ਦੇ ਵਿੱਚ ਕੀ ਹਾਲ ਹੈ। ਦਿੱਲੀ ਦੇ ਵਿੱਚ ਅਗਰ ਕੁਛ ਵੀ ਹੁੰਦਾ ਤਾਂ ਸਾਰਾ ਇੱਕ ਦੂਜੇ ਦੇ ਉੱਤੇ ਪਾਉਂਦੇ ਹੈ, ਕੇਜਰੀਵਾਲ ਐਲ ਜੀ ਤੇ ਪਾਏਗਾ, ਐਲ ਜੀ ਕੇਜਰੀਵਾਲ ਤੇ ਪਾਏਗਾ, ਫਿਰ ਕੇਜਰੀਵਾਲ ਕਹੇਗਾ ਜੀ ਮਿਊਨਿਸਪਲ ਕਾਰਪੋਰੇਸ਼ਨ ਸਾਰੀਆਂ ਬੀਜੇਪੀ ਦੇ ਕੋਲ ਨੇ, ਮੈਂ ਕੀ ਕਰਾਂ? ਇਟ ਇਜ਼ ਦੀ ਐਕਸਕਿਊਜ਼। ਨਾਓ ਸੇਮ ਐਕਸਕਿਊਜ਼ ਇਜ਼ ਕਮਿੰਗ ਅਪ ਇਨ ਪੰਜਾਬ ਆਲਸੋ ਵਿੱਚ ਦਿਸ ਗਵਰਨਮੈਂਟ ਡਜ਼ਨਟ ਵਾਂਟ ਟੂ ਕੰਟੀਨਿਊ ਵਿਦ ਦੈਟ, ਔਰ ਅਗਰ ਕੱਲ੍ਹ ਨੂੰ ਇਹਨਾਂ ਦਾ ਹੋਲਡ ਜ਼ਿਲ੍ਹਾ ਪਰਿਸ਼ਦ ਗ੍ਰਾਮ ਪੰਚਾਇਤਾਂ ਦੇ ਉੱਤੇ
ਫਰੋਮ ਟੌਪ ਟੂ ਦਾ ਬੌਟਮ ਉਸ ਤੋਂ ਬਾਅਦ ਲਾਲਚ ਉਸ ਤੋਂ ਬਾਅਦ ਮਿਸਟਰ ਸ਼ਰਮਾ ਲਾਲਚ ਤਾਂ ਹੋਰ ਵੱਜ ਜਾਏਗਾ ਨਾ ਫਿਰ ਅੱਗੇ ਲੋਕ ਸਭਾ ਦਾ ਵੀ ਚੋਣ ਆ ਰਹੀ ਹੈ 2019 ਦੇ ਵਿੱਚ ਲੋਕ ਸਭਾ ਦਾ ਦਿਸ ਇਜ਼ ਆਈਦਰ ਯੂ ਦਿਸ ਇਜ਼ ਅ ਪੋਲੀਟੀਕਲ ਮੈਨੂਵਰਿੰਗ ਯੂ ਦਿਸ ਇਜ਼ ਅ ਪੋਲੀਟੀਕਲ ਐਕਵਾਇਰਿੰਗ ਦੀ ਪਾਵਰ ਆਫ ਪੋਲੀਟੀਕਲ ਪਾਵਰ ਨਹੀਂ ਮੇਰਾ ਸਵਾਲ ਮੇਰਾ ਸਵਾਲ ਇੱਥੇ ਇਹ ਬਣਦਾ ਮੈਨੂੰ ਸਿਰਫ 25-30 ਸਾਲ ਹੋ ਗਏ ਅਮਿਸ਼ਾ ਸ਼ਰਮਾ ਤੁਹਾਨੂੰ ਪੱਤਰਕਾਰਿਤਾ ਕਰਦੇ ਹੋਏ ਉੱਥੇ ਤੁਸੀਂ ਬਿਲਕੁਲ ਅੱਛੇ ਤਰੀਕੇ ਨਾਲ ਜਾਣਦੇ ਹੋ ਸਾਰੇ ਸਿਆਸਤਦਾਨਾਂ ਨੂੰ ਔਰ ਉਸ ਤੋਂ ਵੱਡੀ ਗੱਲ ਰਾਜਨੀਤੀ ਨੂੰ ਬੜੇ ਚੰਗੇ ਤਰੀਕੇ ਨਾਲ ਤੁਸੀਂ ਪਹਿਚਾਣਦੇ ਹੋ ਤੁਹਾਨੂੰ ਲੱਗਿਆ ਕਿ 2 ਸਾਲ ਦੇ ਵਿੱਚ ਅਸੀਂ ਚਲੋ ਚੋਣਾਂ ਦੀ ਤਾਂ ਗੱਲ ਸੁਣੀਏ ਕਿਉਂਕਿ ਇੱਕ ਤਾਂ ਇਹ ਡੈਮੋਕ੍ਰੇਸੀ ਦਾ ਹਿੱਸਾ ਚੋਣਾਂ ਤਾਂ ਹੋਣੀਆਂ ਹੋਣੀਆਂ ਗ੍ਰਾਮ ਪੰਚਾਇਤ ਦੀਆਂ ਚੋਣਾਂ ਹੋਣਗੀਆਂ ਸਪਟੈਂਬਰ ਦੇ ਵਿੱਚ ਬਲਾਕ ਸਮਿਤੀਆਂ ਦੀਆਂ ਹੋਣਗੀਆਂ ਜ਼ਿਲ੍ਹਾ ਪਰਿਸ਼ਦ ਦੀਆਂ ਹੋਣਗੀਆਂ ਸਪਟੈਂਬਰ ਦੇ ਵਿੱਚ ਡਿਸੋਲਵ ਕਰਤਾ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਹੋਲਡ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸਹੀ ਸਾਬਿਤ ਹੋਣਗੇ ਜਾਂ ਫਿਰ ਜੋ ਉਹਨਾਂ ਤੋਂ ਜੋ ਬਿਲੀਵ ਕੀਤਾ ਜਾ ਰਿਹਾ ਉਹਨਾਂ ਤੋਂ ਜੋ ਸੋਚਿਆ ਜਾ ਰਿਹਾ ਵਿਸ਼ਵਾਸ ਕੀਤਾ ਜਾ ਰਿਹਾ ਕਿ ਹਾਂ ਕੈਪਟਨ ਅਮਰਿੰਦਰ ਸਿੰਘ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਮੋਹਰ ਲਾ ਸਕਦੇ ਨੇ ਔਰ ਲੋਕਾਂ ਦੇ ਸਿਆਸਤਦਾਨਾਂ ਦੇ ਮੂੰਹ ਬੰਦ ਕਰ ਸਕਦੇ ਹਨ ਔਰ ਸਭ ਤੋਂ ਵੱਡੀ ਗੱਲ ਵਿਰੋਧੀ ਧਿਰਾਂ ਦੇ ਮੂੰਹ ਬੰਦ ਕਰ ਸਕਦੇ ਹਨ ਉਹਨਾਂ ਦੇ ਉੱਤੇ ਇੱਕ ਵਿਸ਼ਵਾਸ ਹੈ ਕੈਨ ਹੀ ਡੂ ਇਟ ਜਿੱਤਣ ਤੋਂ ਬਾਅਦ ਦਾ ਰਿਜ਼ਲਟ ਕੀ ਆਉਂਦਾ ਉਹ ਤੇ ਤੁਸੀਂ ਉਹ ਤੇ ਬਾਅਦ ਦੀ ਗੱਲ ਹੈ ਬਟ ਮੈਂ ਤੁਹਾਨੂੰ ਜਿੱਥੋਂ ਤੱਕ ਮੇਰਾ ਐਨਾਲਿਸਿਸ ਇਹ ਕਹਿੰਦਾ ਹੈ ਕਿ ਆਲ ਦੀਸ ਮਿਊਨਿਸਪਲ ਕਾਰਪੋਰੇਸ਼ਨ ਐਂਡ ਗ੍ਰਾਮ ਪੰਚਾਇਤ ਆਲਵੇਜ਼ ਗੋ ਟੂ ਦੀ ਰੂਲਿੰਗ ਪਾਰਟੀ ਇਹ ਤੁਸੀਂ ਮੰਨ ਕੇ ਚੱਲੋ ਕਿਉਂਕਿ ਲੋਕੀ ਰੂਲਿੰਗ ਪਾਰਟੀ ਨੂੰ ਵੋਟ ਦਿੰਦੇ ਕਿਉਂਕਿ ਤੁਹਾਨੂੰ ਦੱਸਿਆ ਨਾ ਸਰਪੰਚਾਂ ਨੂੰ ਪਿੰਡਾਂ ਨੂੰ ਮਦਦ ਚਾਹੀਦੀ ਹੁੰਦੀ ਹੈ ਉਹਨਾਂ ਨੂੰ ਦੁਨੀਆਂ ਭਰ ਦੇ ਫੰਡ ਲੈਣੇ ਹੁੰਦੇ ਡਿਪਟੀ ਕਮਿਸ਼ਨਰਾਂ ਤੋਂ ਉਹਨਾਂ ਨੂੰ ਦੁਨੀਆਂ ਭਰ ਦੀਆਂ ਸਕੀਮਾਂ ਦੇ ਫਾਇਦੇ ਲੈਣੇ ਹੁੰਦੇ ਨੇ ਵੰਸ ਦੇ ਆਰ ਨੋਟ ਅਲਾਈਨਡ ਵਿਦ ਦੀ ਰੂਲਿੰਗ ਪਾਰਟੀ ਹਾਊ ਦੇ ਵਿਲ ਗੈਟ ਇਟ ਹੁਣ ਕੱਲ੍ਹ ਨੂੰ ਕੋਈ ਕਹੇਗਾ ਜੀ ਤੁਹਾਡੀ ਸਰਕਾਰ ਸੀ ਮੈਂ ਦੂਜੀ ਪਾਰਟੀ ਦਾ ਸੀ ਤੁਸੀਂ ਮੇਰੇ ਪਿੰਡ ਦੇ ਵਿਕਾਸ ਲਈ ਪੈਸੇ ਨਹੀਂ ਦਿੱਤੇ ਤੁਸੀਂ ਤੇ ਮੇਰੇ ਪਾਰਕ ਨਹੀਂ ਬਣਵਾਏ ਮੇਰੇ ਸੜਕਾਂ ਨਹੀਂ ਬਣਵਾਈਆਂ ਮੇਰੇ ਇੱਥੇ ਇਰੀਗੇਸ਼ਨ ਦਾ ਸਿਸਟਮ ਨਹੀਂ ਕੀਤਾ ਸੋ ਦਿਸ ਇਜ਼ ਅ ਪ੍ਰੋਪਰ ਪੋਲੀਟੀਕਲ ਪ੍ਰੋਸੈਸ ਹੁਣ ਕੱਲ੍ਹ ਨੂੰ ਅਗਰ ਇਹ ਗੱਲ ਕਿਤੇ ਵੀ ਜਲੰਧਰ ਪਟਿਆਲਾ ਲੁਧਿਆਣਾ ਔਰ ਅੰਮ੍ਰਿਤਸਰ ਦੇ ਲੋਕਾਂ ਨੂੰ ਇਹ ਆਖਦੀ ਕਿ ਆਪਣੀ ਨਵੀਂ ਮਿਊਨਿਸਪਲ ਕੌਂਸਲਰ ਚੁਣਦੇ ਆਪਣੇ ਨਵੇਂ ਕੌਂਸਲਰ ਚੁਣਦੇ ਆਪਣਾ ਨਵਾਂ ਮੇਅਰ ਚੁਣਦੇ ਤੇ ਸੇਮ ਇਟ ਗੋਜ਼ ਵਿਦ ਦ ਵਿਲੇਜ ਆਲਸੋ ਲੈਟ ਦੈਮ ਚੂਜ਼ ਦੇਅਰ ਨਿਊ ਸਰਪੰਚ ਉਹਨਾਂ ਨੂੰ ਦੇਖਣ ਤੋਂ ਹੁਣ ਦਿਸ ਇਜ਼ ਆਲਵੇਜ਼ ਰੂਲਿੰਗ ਪਾਰਟੀ ਵਾਂਟਸ ਟੂ ਗੋ ਵਿਦ ਦ ਮੂਡ ਆਫ ਦ ਪੀਪਲ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਰਾਜਪੁਰਾ ਜਿੱਤ ਲਿਆ ਸਟੇਟ ਪੂਰੀ ਜਿੱਤ ਲਈ ਅਸੀਂ 4 ਵੱਡੇ ਵੱਡੇ ਸ਼ਹਿਰਾਂ ਦੇ ਮਿਊਨਿਸਪਲ ਕੌਂਸਲਰਾਂ ਜਿੱਤ ਲਈਆਂ ਮਿਊਨਿਸਪਲ ਕਮੇਟੀਆਂ ਨੇ ਚੋਣ ਜਿੱਤ ਲਏ ਤੇ ਹੁਣ ਅਸੀਂ ਪਿੰਡਾਂ 'ਚ ਵੀ ਜਿੱਤ ਸਕਦੇ ਹਾਂ ਕਿਉਂਕਿ ਵੀ ਮਾਈਟ ਗੋ ਵਿਦ ਪੀਪਲ ਮਾਈਟ ਵੋਟ ਫੋਰ ਅਸ ਉਹਨਾਂ ਦੇ ਨਤੀਜੇ ਕੀ ਰਹਿਣਗੇ ਉਹ ਕੀ ਹੋ ਸਕਦਾ ਉਹ ਤੇ ਬਾਅਦ ਦੀ ਗੱਲ ਹੈ ਬਟ ਦਿਸ ਇਜ਼ ਅ ਪੋਲੀਟੀਕਲ ਪ੍ਰੋਸੈਸ ਬਟ ਇੱਕ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਵੀ ਹੁਣ ਪੰਚਾਇਤ ਚੋਣਾਂ ਅਗਰ ਸਤੰਬਰ 'ਚ ਹੁੰਦੀਆਂ ਨੇ ਵਟ ਮੰਡੇਟ ਆਈ ਹੈਵ ਅ ਫਾਊਂਡ ਇਟ ਵਿਦ ਮਾਈ ਐਨਾਲਿਸਿਸ ਕਿ ਪੰਜਾਬ ਦੇ ਵਿੱਚ ਪੰਚਾਇਤਾਂ ਦੇ ਵਿੱਚ ਵੀ ਰਿਫੋਰਮ ਕੀਤਾ ਜਾਣਾ ਬਹੁਤ ਜ਼ਰੂਰੀ ਹੈ ਤੁਸੀਂ ਹੁਣ ਪੜੋਸੀ ਰਾਜ ਦੇਖੋ ਹਰਿਆਣਾ ਉਹਨਾਂ ਨੇ ਆਪਣਾ ਪੰਚਾਇਤੀ ਐਕਟ ਚੇਂਜ ਕੀਤਾ ਉਹਨਾਂ ਨੇ ਆਪਣੇ ਜਦੋਂ ਪੰਚਾਇਤ ਚੋਣਾਂ ਕਰਾਈਆਂ ਉਹਨਾਂ ਨੇ ਕਿਹਾ ਕਿ ਜਿਹੜਾ ਬੰਦਾ ਮੈਟ੍ਰਿਕ ਹੋਏਗਾ ਉਹੀ ਉਹ ਚੋਣ ਲੜੇਗਾ ਪੰਚ ਦੀ ਜਿਹੜੀ ਲੇਡੀ ਅਗਰ ਲੇਡੀ ਕੈਂਡੀਡੇਟ ਹੈ ਤਾਂ ਉਹਨੂੰ 8ਵੀਂ ਤੱਕ ਪਾਸ ਹੋਣਾ ਚਾਹੀਦਾ ਹੈ ਇਸੇ ਤਰੀਕੇ ਦੇ ਕਈ ਲੋਕਾਂ ਨੇ ਵੋਟਾਂ ਨਹੀਂ ਉਹ ਬੱਚਾ ਕਈ ਕੈਂਡੀਡੇਟਾਂ ਦੇ ਨਾ ਹੀ ਕੱਟ ਗਏ ਹੁਣ ਜਿਹੜੇ ਇੱਥੇ ਦੇ ਪੰਚਾਇਤੀ ਰਾਜ ਮੰਤਰੀ ਨੇ ਪੰਜਾਬ ਦੇ ਉਹਨਾਂ ਨੇ ਵੀ ਇਹ ਕਿਹਾ ਸੀ ਅਸੀਂ ਕੈਬਨਿਟ ਵਿੱਚ ਡਿਸਕਸ ਕਰਾਂਗੇ ਕਿ ਦੈਟ ਵੀ ਮਾਈਟ ਹੈਵ ਸਮ ਮਿਨੀਮਮ ਐਜੂਕੇਸ਼ਨਲ ਕੁਆਲੀਫਿਕੇਸ਼ਨ ਫਾਰ ਦੀ ਪੰਚਾਇਤ ਆਈ ਥਿੰਕ ਦੈਟਸ ਅ ਵੈਲਿਡ ਪੁਆਇੰਟ ਇਫ ਹਰਿਆਣਾ ਕੈਨ ਇੰਪਲੀਮੈਂਟ ਆਈ ਥਿੰਕ ਪੰਜਾਬ ਸ਼ੁਡ ਆਲਸੋ ਥਿੰਕ ਅਬਾਊਟ ਇਟ ਮਿਸਟਰ ਸ਼ਰਮਾ ਵੀ ਆਰ ਗੋਇੰਗ ਔਨ ਬ੍ਰੇਕ ਵਿਲ ਬੀ ਰਾਈਟ ਬੈਕ ਆਫਟਰ ਦਿਸ ਸ਼ਾਰਟ ਬ੍ਰੇਕ ਨਿੱਕੇ ਜਿਹੇ ਵਕਫੇ ਤੋਂ ਬਾਅਦ ਵਾਪਸ ਆਉਂਦੇ ਹਾਂ ਔਰ ਫਿਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇਸ ਮੁਤਲਕ ਹੋਰ ਵਿਚਾਰ ਵਟਾਂਦਰਾ ਕਰਦੇ ਹਾਂ ਮੈਂ ਵੇਖ ਪਾ ਰਿਹਾ ਤੁਸੀਂ ਮੈਨੂੰ ਕਾਲ ਕਰ ਰਹੇ ਹੋ ਲੇਕਿਨ ਕੋਸ਼ਿਸ਼ ਕਰਾਂਗਾ ਕਿ ਬ੍ਰੇਕ ਤੋਂ ਬਾਅਦ ਤੁਹਾਡੀ ਕਾਲਸ ਵੀ ਲਵਾਂ ਫਿਲਹਾਲ ਇੱਕ ਬ੍ਰੇਕ ਲਈ ਰੁਕ ਰਿਹਾ